सत श्री अकाल जी दोस्तों, तुसी देख रहे हो मालवा नंबर वन चैनल। चैनल देख रहे सारे दर्शकों का निघा स्वागत है जी। खबर आ रही है जी बठिंडा जिला के पिंड बिरक कलां तो, जिथे कि अज बाबा बिड़भाग सिंह जी के जन्म दिहाड़े नूं मुख रखदिआं 32वां सालाना भंडारा अते अखां दा मुफ्त कैंप लगाया गया। कैंप का उद्घाटन डॉक्टर पारुल गुप्ता वल्लों कीता गया अते मरीजां दा चैकअप भी कीता गया। इस मौके साडे पत्रकारां नाल गल्लबात करदिआं मुख सेवादार जगदीप सिंह ने दस्या कि नगर दीआं संगतां दे सहयोग सदका यह कैंप लगवाया गया। कैंप विच आए मरीजां लई गुरु के लंगर का प्रबंध भी किया होया सी। पेश है साडे स्टाफ रिपोर्टर सुखदेव सिंह सागर की एक खास रिपोर्ट। ਕੀ ਨਾਮ ਹੈ ਜੀ ਆਪਣਾ? ਜੋਧਾ ਸਿੰਘ ਖਾਲਸਾ ਜੀ। ਕਿਹੜੇ ਪਿੰਡ ਤੋਂ ਆਏ ਹੋ ਜੀ? ਜੱਸੀ ਬਾਗਵਾਲੀ। ਆਪਾਂ ਪਿਛਲੇ ਸਾਲ ਵੀ ਇਸੇ ਜਗ੍ਹਾ ਤੇ ਇਕੱਠੇ ਹੋਏ ਸੀ, ਕੈਂਪ ਲੱਗਿਆ ਸੀ ਸਰ। ਅੱਜ ਫੇਰ ਤੁਸੀਂ ਕੈਂਪ ਦੇ ਵਿੱਚ ਪਹੁੰਚੇ ਹੋ, ਤੁਹਾਨੂੰ ਕਿਸੇ ਗੱਲ ਤੋਂ ਕੋਈ ਕਮੀ ਲੱਗੀ ਜਾਂ ਕੋਈ ਹੋਰ ਕੋਈ ਗੱਲਬਾਤ ਕਹਿਣਾ? ਬਹੁਤ ਵਧੀਆ ਜੀ, ਵਧੀਆ ਉਪਰਾਲਾ। ਅੱਜ ਜਿਹੜਾ ਸਰਕਾਰਾਂ ਨੇ ਮਹਿੰਗਾਈਆਂ ਕਰ ਰੱਖੀਆਂ ਉਹਦੇ ਹਿਸਾਬ ਨਾਲ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ ਤਾਂ ਜਦ ਬਹੁਤ ਜ਼ਿਆਦਾ ਫੈਲੀਆਂ ਪਈਆਂ ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਇਹ। ਇਸੇ ਕਰਕੇ ਅਸੀਂ ਹਰ ਸਾਲ ਆਉਂਦੇ ਹਾਂ, ਸਹਿਯੋਗ ਵੀ ਦਿੰਦੇ ਹਾਂ। ਅੱਜ ਬਾਬਾ ਬਿੜਭਾਗ ਸਿੰਘ ਦਾ ਜਨਮ ਦਿਨ, ਉਹਨਾਂ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਬਾਬਾ ਜੀ? ਜੀ ਬਹੁਤ ਵਧੀਆ ਜੀ, ਵਧਾਈਆਂ ਦਿੰਦੇ ਹਾਂ ਸਾਰੀਆਂ ਸੰਗਤਾਂ ਨੂੰ ਬਾਬਾ ਪ੍ਰਸਾਦ ਸਿੰਘ ਜੀ ਜਨਮ ਦਿਹਾੜੇ ਤੇ। ਬਾਕੀ ਉਹ ਸਿੱਖਿਆ ਵਧੀਆ ਦਿੰਦੇ ਆ, ਨਸ਼ਾ ਤੋਂ ਦੂਰ ਕਰਦੇ ਆ ਤੇ ਗੁਰੂ ਦੇ ਨਾਲ ਜੋੜਦੇ ਆ। ਬਾਬਾ ਜੀ ਦਾ ਬਹੁਤ ਵਧੀਆ ਉਪਰਾਲਾ ਜੀ। ਹੋਰ ਕਿਸ ਨੇ ਹਾਂ ਚਾਹੁੰਦੇ? ਹੋਰ ਤਾਂ ਜੀ ਬਸ ਇਹੀ ਆ ਵੀ ਬਾਬਾ ਜੀ ਦੇ ਜਨਮ ਦਿਨ ਨੂੰ ਤੇ ਉੱਤੇ ਅਸੀਂ ਸੰਗਤਾਂ ਨੂੰ ਇਹੀ ਕਹਾਂਗੇ ਕਿ ਗੁਰੂ ਵਾਲੇ ਬਣਨ, ਨਸ਼ਿਆਂ ਤੋਂ ਦੂਰ ਹੋਣ ਤੇ ਇਸੇ ਤਰ੍ਹਾਂ ਸਾਰੇ ਰਲ ਮਿਲ ਕੇ ਹੋਰ ਵੀ ਜਗ੍ਹਾ ਤੇ ਕੈਂਪ ਲਗਾਉਣ, ਇਸ ਤੋਂ ਪ੍ਰੇਰਨਾ ਲੈ ਕੇ ਤਾਂ ਕਿ ਲੋਕਾਂ ਨੂੰ ਵਧੀਆ ਸਹੂਲਤ ਮਿਲੇ ਤੇ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਫਾਇਦਾ ਹੋ ਸਕੇ। ਧੰਨਵਾਦ ਜੀ। ਕੀ ਨਾਮ ਹੈ ਜੀ ਆਪਣਾ? ਜੈਲ ਸਿੰਘ ਹੈ ਜੀ। ਅੱਜ ਤੁਸੀਂ ਕੈਂਪ ਦੇ ਵਿੱਚ ਪਹੁੰਚੇ ਹੋ, ਕੈਂਪ ਦੇ ਵਿੱਚ ਆ ਕੇ ਤੁਸੀਂ ਅੱਖਾਂ ਚੈੱਕ ਕਰਾਈਆਂ, ਡਾਕਟਰ ਵੱਲੋਂ ਕਿਸ ਤਰ੍ਹਾਂ ਚੈੱਕ ਕੀਤੀਆਂ ਗਈਆਂ, ਕੀ ਕਿਹਾ ਗਿਆ ਤੁਹਾਨੂੰ? ਅਜੇ ਮੇਰੇ ਅੱਖ ਦਾ ਵਾ ਨਾ ਕਾਕੀ ਜਿਹੜੀ ਹੈ ਜੀ, ਇਹ ਚੈੱਕ ਹੋ ਗਈ। ਇੱਕ ਤਾਂ ਆਹਦਾ ਖਤ ਨੀ ਜੀ, ਇਹਦਾ ਉਹ ਆ ਗਿਆ ਦੋ ਵਾਰੀ ਦਵਾਈ ਪਾਉ। ਬਾਬਾ ਜੀ ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਮੇਰਾ ਨਾਮ ਹੰਸ ਸੀਤਲ ਪ੍ਰਕਾਸ਼, ਪਿੰਡ ਕਲੀਆਂ ਅਤੇ ਭਾਈ ਸਾਹਿਬ ਜਗਦੀਪ ਸਿੰਘ ਦੇ ਯੋਗੀ ਸੰਗਤ ਨੂੰ ਸਮੂਹ ਨਾਲ ਜੋੜ ਕੇ ਲੋੜਵੰਦਾਂ ਦੇ ਅੱਖਾਂ ਦਾ ਫ੍ਰੀ 'ਚ ਅੱਖਾਂ ਦਾ ਕੈਂਪ ਲਗਾਉਂਦੇ ਆ ਅਤੇ ਲੋੜਵੰਦਾਂ ਨੂੰ ਦਵਾਈਆਂ ਦਰਦਾਂ ਦੇ ਖੜਾ ਕਰਾਉਂਦੇ ਆ ਅਤੇ ਬਾਬੇ ਦਾ ਦਿਨ ਵੀ ਮਨਾਉਂਦੇ ਆ। ਅਤੇ ਹੋਰ ਸਭ ਸੰਗਤ ਨੂੰ ਇਸੇ ਤਰ੍ਹਾਂ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਨਾਲ ਹੀ ਭਾਈ ਇਹ ਚੰਗੇ ਕਾਰੇ ਹੋਏ ਜਾਂਦੇ ਆ। ਅਤੇ ਬਹੁਤ ਹੀ ਨਰਮ ਸੁਭਾਅ ਵਾਲੇ ਜਗਦੀਪ ਸਿੰਘ ਇਸੇ ਤਰ੍ਹਾਂ ਸਮੂਹ ਸੰਗਤ ਦੇ ਨਾਲ ਬਹੁਤ ਜੁੜੀ ਹੋਈ ਹੈ। ਦੂਜੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਹਰ ਸਾਲ ਆਪਾਂ ਕੈਂਪ ਲਾਉਣੇ ਤੋਂ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਭਾਈ, ਤਾਂ ਕਿ ਇਸੇ ਤਰ੍ਹਾਂ ਲੋੜਵੰਦਾਂ ਦੀ, ਜ਼ਰੂਰਤਮੰਦਾਂ ਦੀ ਕਿ ਆਪਾਂ ਸੇਵਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਆਪਣਾ ਕੀ ਨਾਮ ਹੈ? ਮੇਰਾ ਨਾਮ ਜਗਦੀਪ ਸਿੰਘ ਹੈ। ਬਾਬਾ ਜੀ ਇਹ ਜਿਹੜਾ ਕੈਂਪ ਲਾਇਆ ਗਿਆ, ਕਿੰਨਾਂ ਕੈਂਪ ਹੈ ਜੀ? ਇਹ ਆਪਣਾ 32ਵਾਂ ਕੈਂਪ ਹੈ ਜੀ। 32ਵੇਂ ਕੈਂਪ ਦੇ ਵਿੱਚ ਤੁਹਾਨੂੰ ਕਿਹਦਾ ਕਿਹਦਾ ਸਹਿਯੋਗ ਰਿਹਾ ਜੀ? ਮੈਨੂੰ ਸਾਰੀ ਸੰਗਤ ਦਾ ਸਹਿਯੋਗ ਹੈ ਜੀ। ਨਗਰ ਵਾਸੀ ਸੰਗਤਾਂ ਦੀ ਗੱਲ ਕਰੀਏ, ਪੰਚਾਇਤ ਦੀ ਗੱਲ ਕਰੀਏ, ਕਿੰਨਾ ਕੁ ਸਹਿਯੋਗ ਹੈ? ਸਾਰੇ ਨਗਰ ਦਾ ਪੂਰਾ ਤੇ ਪੂਰਾ ਸਹਿਯੋਗ ਹੈ ਜੀ। ਹੋਰ ਕੋਈ ਸੰਗਤਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਜੀ ਮੈਂ ਤਾਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੀਦਾ ਕਹੁੰਦਾ ਜੀ। ਬਾਕੀ ਬਾਬਾ ਜੀ ਦਾ ਪੂਰਾ ਦਾ ਪੂਰਾ ਆਸ਼ੀਰਵਾਦ ਹੈ ਜੀ। ਜੀ ਹਾਂਜੀ। ਬਾਕੀ ਡਾਕਟਰ ਸਾਹਿਬ ਬੈਠੇ ਜੀ, ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਜੀ, ਜੇ ਸਾਡੇ ਨਗਰ ਦੇ ਵਿੱਚ ਆ ਕੇ ਅੱਖਾਂ ਦਾ ਕੈਂਪ ਲਾਇਆ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਅੱਜ ਤੁਸੀਂ ਪਿੰਡ ਬਿਰਕ ਕਲਾਂ ਪਹੁੰਚੇ ਹੋ, ਮੋਸਟ ਵੈਲਕਮ ਜੀ, ਤੁਹਾਨੂੰ ਜੀ ਆਉਣ ਆਖਿਆ ਜਾਂਦਾ, ਪ੍ਰੋਪਰ ਟੀਮ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਕੈਂਪ ਲਾਇਆ ਹੋਇਆ ਜੀ, ਕਿ ਠੁੰਡ ਕਿੰਨੀ ਹੋ ਚੁੱਕੀ ਹੈ ਜੀ ਤੁਹਾਡੇ ਨਗਰ ਦੇ ਵਿੱਚ? ਹੋਵੇ ਸਾਡੇ ਜੀ ਜੀ, ਜਿਹੜੇ ਕੋਈ ਨਿਗਾਹ ਖਰਾਬ ਹੈ ਜਿਨ੍ਹਾਂ ਦੀ, ਜਾਂ ਕੋਈ ਮੋਤੀ ਹੈ ਜਾਂ ਹੋਰ ਵੀ ਕੋਈ ਨੁਕਸ ਹੈ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਉਹਨਾਂ ਨੇ ਇਹੀ ਜਾਗਰੂਕ ਕਰਨਾ ਚਾਹੁੰਦੀ ਹਾਂ, ਸੰਧਿਆ ਇਹ ਦੀ ਜਾਗਰੂਕ ਦੇਣਾ ਚਾਹੁੰਦੀ ਹਾਂ। ਜਿਹੜੇ ਅਸੀਂ ਕੈਂਪਾਂ ਅਤੇ ਪਿੰਡਾਂ ਵਿੱਚ ਆ ਕੇ ਲਾਉਂਦੇ ਹਾਂ, ਇਹਦਾ ਮੇਨ ਮਕਸਦ ਹੁੰਦਾ ਹੈ ਕਿ ਮਰੀਜ਼ਾਂ ਨੂੰ ਅਸੀਂ ਜਾਗਰੂਕ ਕਰੀਏ।
ਤਾਂ ਕਿ ਉਹਨਾਂ ਨੂੰ ਆਪਣੀ ਬਿਮਾਰੀ ਬਾਰੇ ਪਤਾ ਚੱਲੇ ਔਰ ਠੀਕ ਸਮੇਂ ਤੇ ਆਪਣੇ ਚਿੱਟੇ ਮੋਤੀਆਂ ਨੂੰ ਆਪਣਾ ਆਪਰੇਸ਼ਨ ਕਰਵਾ ਲੈਣ ਤੇ ਲੈਂਸ ਪਵਾ ਲੈਣ ਤਾਂ ਕਿ ਉਹਨੂੰ ਕੱਲ ਨੂੰ ਕਾਲੇ ਮੋਤੀਆਂ ਨਾਲ ਨਿਕਾਹ ਹਮੇਸ਼ਾ ਲਈ ਨਾ ਨਾ ਹੋਣੀ ਪਵੇ। ਅੱਜ ਦਾ ਕੈਂਪ ਫ੍ਰੀ ਲੱਗਿਆ ਹੋਇਆ, ਜੇਕਰ ਅੱਗੇ ਆਪਰੇਸ਼ਨ ਕਰਨਾ ਪੈਂਦਾ ਜੀ ਤੇ ਤੁਹਾਡੇ ਵੱਲੋਂ ਕੀ ਸੰਜੋਗ ਹੋਵੇਗਾ? ਸਾਡੇ ਵੱਲੋਂ ਜਿਹੜੇ ਲੋੜਵੰਦ ਮਰੀਜ਼ ਹੈਗੇ ਉਹਨਾਂ ਵਿੱਚ ਅਸੀਂ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵੱਲੋਂ ਇੱਕ ਫ੍ਰੀ ਕੈਂਪ ਇਹਨਾਂ ਲਈ ਆਰਗਨਾਈਜ਼ ਕੀਤਾ ਹੈ ਕਿ ਜਿੰਨੇ ਵੀ ਲੋੜਵੰਦ ਮਰੀਜ਼ ਹੈਗੇ ਚਿੱਟੇ ਮੋਤੀਆਂ ਵਾਲੇ ਉਹਨਾਂ ਵਿੱਚ ਅਸੀਂ ਜੈ ਮਾਂ ਦੁਰਗੇ ਐਸੋਸੀਏਸ਼ਨ ਵੱਲੋਂ ਫ੍ਰੀ ਕੈਂਪ ਫ੍ਰੀ ਆਪਰੇਟ ਕਰਾਂਗੇ। ਜੇ ਕੋਈ ਲੈਂਜ ਪੈਂਦਾ ਜੀ? ਹਾਂਜੀ, ਫ੍ਰੀ ਆਪਰੇਸ਼ਨ ਕਰਾਂਗੇ। ਧੰਨਵਾਦ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਆਪਣਾ? ਮੇਰਾ ਨਾਮ ਜਗਜੀਤ ਸਿੰਘ ਹੈ, ਜ਼ਿਲ੍ਹਾ ਪ੍ਰਧਾਨ ਆ ਮਨੁੱਖੀ ਅਧਿਕਾਰ ਤੋਂ ਜੀ। ਸਰ, ਤੁਸੀਂ ਅੱਜ ਪਿੰਡ ਵਰਕ ਕਲਾਂ ਦੇ ਵਿੱਚ ਪਹੁੰਚੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅੱਜ ਕੈਂਪ ਲਾਇਆ ਗਿਆ ਜੀ, ਜਿਵੇਂ ਬਾਬਾ ਜੀ ਨੇ ਦੱਸਿਆ ਕਿ 32ਵਾਂ ਸਲਾਨਾ ਕੈਂਪ ਲਾਇਆ ਗਿਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਉਪਰਾਲਾ ਜੀ, ਲੋਕਾਂ ਨੂੰ ਜਿਹੜਾ ਫ੍ਰੀ ਇਲਾਜ ਕਰਾ ਰਹੇ ਨੇ, ਜਿਹੜੇ ਕਿ ਜਿਵੇਂ ਬਾਣੀ ਵਿੱਚ ਲਿਖਿਆ ਹੋਇਆ ਜਾਂ ਆਪਣੇ ਜਿਵੇਂ ਗੁਰੂ ਸਾਹਿਬਾਨ ਕਹਿੰਦੇ ਆ ਵੀ ਅੱਖਾਂ ਗਈਆਂ ਜਹਾਨ ਗਿਆ, ਜਿਹੜੇ ਮੇਨ ਹੈ ਜੀ ਉਹਨਾਂ ਦੀਆਂ ਅੱਖਾਂ ਨਾ ਜਾਣ, ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਆਪਣਾ ਨਹੀਂ ਇਲਾਜ ਕਰਵਾ ਸਕਦੇ ਉਹਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਬਾਕੀ ਜਿਹੜੇ ਡਾਕਟਰ ਸਾਹਿਬਾਨ ਹੈ ਜੀ ਉਹਨਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਜੀ। ਅਤੇ ਇਸ ਵਾਰ ਜਿਵੇਂ ਇਹਨਾਂ ਨੇ 32 ਸਾਲ ਹੋ ਗਏ ਜੀ, ਉਦੋਂ ਥੋੜ੍ਹੇ ਤੋਂ ਸਟਾਰਟ ਕੀਤਾ ਸੀ, ਅੱਜ ਬਹੁਤ ਜ਼ਿਆਦਾ, ਅੱਜ ਤਕਰੀਬਨ 150 ਤੋਂ ਪਲੱਸ ਮਰੀਜ਼ ਹੋ ਚੁੱਕੇ ਨੇ। ਸਾਨੂੰ ਲੱਗਦਾ ਨਾ ਵੀ ਬਹੁਤ ਵੱਡਾ ਉਪਰਾਲਾ, ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕਰਵਾਉਣੇ ਆਏ ਸਾਲ ਦੇ ਸਾਲ, ਫਿਰ ਉਸ ਤੋਂ ਬਾਅਦ ਦੇ ਵਿੱਚ ਕੈਂਪ ਲਾਉਣਾ, ਲੰਗਰ ਛਕਾਉਣਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ? ਕਿੰਨਾ ਮਤਲਬ ਆਪਾਂ ਕਹੀਏ ਤਾਂ ਸੰਯੋਗ ਕਿਹੜਾ ਕਿਹਦਾ ਰਿਹਾ ਜਾਂ ਕਿਹਦਾ ਕਿਹੜਾ ਹੋਰ, ਕਿੰਨਾ ਕੁ ਸੰਯੋਗ ਚਾਹੀਦਾ ਸਾਨੂੰ? ਇਸ ਵਾਰ ਜਿਸ ਤਰ੍ਹਾਂ ਇਹਨਾਂ ਨੇ ਆਖਿਆ ਜੀ ਆਪਣੇ ਪ੍ਰਧਾਨ ਸਾਹਿਬ ਨੇ ਵੀ ਕਹਿੰਦੇ ਵੀ ਸਹਿਯੋਗ ਸਾਰੇ ਨਗਰ ਦਾ ਅਤੇ ਸੱਜਣ ਮਿੱਤਰ ਜਿਨ੍ਹਾਂ ਨੇ ਵੀ ਆਪਣੇ ਨੇਕ ਕਮਾਈਆਂ ਵਿੱਚੋਂ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਦਿੱਤਾ, ਉਹਨਾਂ ਦਾ ਸਾਡਾ ਬਹੁਤ ਸਹਿਯੋਗ ਰਿਹਾ। ਬਾਕੀ ਇੱਕ ਉਮੀਦ ਕਰ ਸਾਰਿਆਂ ਕੋਲੋਂ ਇੱਕ ਬੇਨਤੀ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਇਹਨਾਂ ਦਾ ਸਹਿਯੋਗ ਦਿਓ ਤਾਂ ਕਿ ਇਸ ਨੂੰ ਆਪਾਂ ਵੱਡੇ ਲੈਵਲ 'ਤੇ ਕਰ ਸਕੀਏ। ਤੁਹਾਨੂੰ ਇੱਥੇ ਪਹੁੰਚ ਕੇ ਕਿਸੇ ਗੱਲ ਦੀ ਕਮੀ ਲੱਗੀ? ਨਹੀਂ, ਆਪਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਲੱਗੀ, ਬਹੁਤ ਵਧੀਆ ਉਪਰਾਲਾ ਜੀ ਸਭ ਦਾ, ਸਭ ਪੰਚਾਇਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ। ਧੰਨਵਾਦ ਜੀ। ਥੈਂਕ ਯੂ ਵਾਸਤੇ ਵੀ ਅੱਜ ਪਿੰਡ ਵਿਰਕ ਕਲਾਂ ਵਿੱਚ ਜਗਦੀਪ ਵਿਰਕ ਜੀ ਵੱਲੋਂ, ਜਿਹੜੇ ਬਹੁਤ ਹੀ ਅੱਛੇ ਗੀਤਕਾਰ ਵੀ ਨੇ ਅਤੇ ਬਹੁਤ ਹੀ ਵਧੀਆ ਇਨਸਾਨ ਵੀ ਨੇ, ਉਹਨਾਂ ਦੇ ਕਹਿਣ ਦਾ ਮਤਲਬ ਸਿਹਤ ਨਾਲ ਇਹ ਸਾਰਾ ਕੁਛ ਹੋ ਰਿਹਾ ਜੀ। ਅਤੇ ਸੰਤ ਕੇਲੀ ਵਾਲੇ ਕਿਲੀ ਨਿਹਾਲ ਸਿੰਘ ਤੋਂ ਸੰਤ ਨੇ ਜੀ, ਉਹਨਾਂ ਦਾ ਬਹੁਤ ਵਧੀਆ ਯੋਗਦਾਨ ਆ। ਬਾਕੀ ਸਾਰੇ ਡਾਕਟਰ ਸਾਹਿਬਾਨ ਬਠਿੰਡੇ ਤੋਂ ਆਏ ਆ ਜੀ, ਗੁਪਤਾ ਹੋਸਪਿਟਲ ਚੋਂ, ਉਹਨਾਂ ਦਾ ਬਹੁਤ ਬਹੁਤ ਵੈਲਕਮ ਅਤੇ ਧੰਨਵਾਦ ਕਰ ਰਹੇ ਹਾਂ ਜੀ। ਹੋਰ ਕਿਸੇ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਜਾਂ ਪ੍ਰਸ਼ਾਸਨ ਨੂੰ ਜਾਂ ਕੋਈ ਹੋਰ ਇਲਾਕੇ ਦੀਆਂ ਸੰਗਤਾਂ ਨੂੰ ਕੋਈ ਮੈਸੇਜ? ਬਸ ਇਹੀ ਹੈ ਜੀ ਵੀ ਲੋਕਾਂ ਮੂਹਰੇ ਹੱਥ ਮਾਰ ਕੇ ਬੇਨਤੀ ਹੈ ਜੀ, ਵੱਧ ਤੋਂ ਵੱਧ ਤੁਸੀਂ ਕਹਿੰਦਾ ਮਤਲਬ ਯੋਗਦਾਨ ਪਾਇਆ ਕਰੋ ਜੀ, ਤਾਂ ਕਿ ਇਹ ਹੋਰ ਵੀ ਵੱਡੇ ਪੱਧਰ 'ਤੇ ਕੀਤਾ ਜਾ ਸਕੇ ਅੱਗੇ ਤੋਂ। ਪਿੰਡ ਵਾਲਿਆਂ ਨੂੰ ਬੇਨਤੀ ਹੈ ਜੀ, ਹੈ ਨਾ, ਲੋਕ ਭਲਾਈ ਦੇ ਕੰਮਾਂ 'ਚ ਸਹਿਯੋਗ ਦੇਣਾ ਚਾਹੀਦਾ ਅਤੇ ਇਹ ਵੱਧ ਤੋਂ ਵੱਧ ਵੱਧ ਚੜ੍ਹ ਕੇ ਆਪਾਂ ਕਰ ਸਕੀਏ ਜੀ ਹੋਰ ਵੀ।
बैठा।